ਭਰਾ ਨਾਲ ਬਾਈਕ ਤੇ ਜਾ ਰਹੀ ਲੜਕੀ ਦੀ ਹੋਈ ਮੌਤ। ਕੈਨੇਡਾ ਜਾਣ ਲਈ ਕਾਗਜ਼ਾਤ ਕਰਵਾ ਰਹੀ ਸੀ ਪੂਰੇ, ਸੜਕ ਤੇ ਕੰਟੇਨਰ ਨੇ ਮਾਰੀ ਬਾਈਕ ਨੂੰ ਟੱਕਰ, ਮੌਕੇ ਤੇ ਹੀ ਹੋਈ 22 ਸਾਲਾ ਅਲੀਸ਼ਾ ਦੀ ਮੌਤ। ਤਾਂ ਦੱਸਦੇ ਕਿ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਲੜਕੀ ਆਪਣੇ ਭਰਾ ਦੇ ਨਾਲ ਬਾਈਕ ਤੇ ਜਾ ਰਹੀ ਹੁੰਦੀ ਹੈ ਤਾਂ ਰਸਤੇ ਦੇ ਵਿੱਚ ਇੱਕ ਟਰਾਲੇ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ, ਜਿਸ ਕਾਰਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਹਾਦਸੇ ਦੇ ਵਿੱਚ ਲੜਕਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਕਿ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਅਤੇ ਉਸਦਾ ਇਲਾਜ ਚੱਲ ਰਿਹਾ। ਤਾਂ ਦੱਸਦੇ ਕਿ ਟੱਕਰ ਤੋਂ ਬਾਅਦ ਕੰਟੇਨਰ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਹੁਣ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸਦੇ ਕਿ ਮਾਮਲਾ ਮਲੋਟ ਤੋਂ ਸਾਹਮਣੇ ਆਇਆ ਜਿੱਥੇ ਇਹ ਦੋਨੋਂ ਬੱਚੇ ਮੋਟਰਸਾਈਕਲ ਤੋਂ ਸਵਾਰ ਹੋ ਕੇ ਗਿੱਦੜਵਾਹ ਵੱਲ ਜਾ ਰਹੇ ਹੁੰਦੇ ਆ। ਤਾਂ ਮਲੋਟ ਬਾਈਪਾਸ ਦੇ ਕੋਲ ਮਿੱਟੀ ਵਾਲੇ ਟਰਾਲੇ ਨੇ ਇਹਨਾਂ ਨੂੰ ਫੇਟ ਮਾਰੀ ਸੀ, ਜਿਸ ਕਾਰਨ ਲੜਕੀ ਦੀ ਮੌਕੇ 'ਤੇ ਮੌਤ ਹੋਈ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਲੜਕੀ ਕੈਨੇਡਾ ਜਾਣਾ ਚਾਹੁੰਦੀ ਸੀ ਤਾਂ ਆਪਣੇ ਕਾਗਜ਼ਾਤ ਪੂਰੇ ਕਰਵਾਉਣ ਦੇ ਲਈ ਉਹ ਗਿੱਦੜਵਾਹ ਜਾ ਰਹੀ ਸੀ ਅਤੇ ਹੁਣ ਇਸ ਹਾਦਸੇ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਦੂਜੇ ਪਾਸੇ ਇਸ ਸੰਬੰਧੀ ਪੁਲਿਸ ਦੇ ਵੱਲੋਂ ਹੁਣ CCTV ਖੰਗਾਲੇ ਜਾ ਰਹੇ ਨੇ ਤਾਂ ਕਿ ਗੱਡੀ ਦੇ ਨੰਬਰ ਪਲੇਟਾਂ ਦਾ ਪਤਾ ਲੱਗ ਸਕੇ ਅਤੇ ਇਸ ਸੰਬੰਧੀ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ। ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਸਰ, ਕੀ ਮਤਲਬ ਐਕਸੀਡੈਂਟ ਹੋਇਆ, ਕੀ ਇਲਾਕੇ ਆਏ ਤੁਸੀਂ? ਇਹ ਨਾ ਜੀ, ਅੱਜ ਮਲੋਟ ਤੋਂ ਬਠਿੰਡਾ ਰੋਡ 'ਤੇ ਇਹ ਦੋਵੇਂ ਭੈਣ ਭਰਾ ਮਲੋਟ ਤੋਂ ਗਿੱਦੜਵਾ ਜਾ ਰਹੇ ਸੀ। ਇਹ ਜਾਂਦੇ ਵਕਤ ਇੱਕ ਉਹ ਮਿੱਟੀ ਦਾ ਟਰਾਲਾ ਭਰਿਆ ਸੀ, ਉਹ ਰੋਡ ਮੇਨ ਕਰੋਸ ਕਰ ਰਿਹਾ ਸੀ ਜੀ। ਠੀਕ ਹੈ ਜੀ, ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਜੀ ਬਈ ਉੱਥੇ ਇੱਕ ਐਕਸੀਡੈਂਟ ਹੋਇਆ ਪਿਆ। ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਚਲਾਈ ਮੁਹਿੰਮ, ਸਾਡੇ ਅਫਸਰਾਂ ਵੱਲੋਂ ਚਲਾਈ ਗਈ, ਅਸੀਂ ਮੌਕੇ 'ਤੇ ਪਹੁੰਚੇ, ਲਿਆ ਕੇ ਅਤੇ ਇਹਨਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਠੀਕ ਹੈ ਜੀ। ਅਨੀਸ਼ਾ ਤੇ ਲੜਕੇ ਦਾ ਨਾਮ ਸ਼ਮਿੰਦਰ ਸਿੰਘ ਜੀ ਤੇ ਮਲੋਟ ਦੇ ਰਹਿਣ ਵਾਲੇ ਜੀ। ਇਹ ਮੋਟਰਸਾਈਕਲ ਤੇ ਪੜ੍ਹਨ ਜਾ ਰਹੇ ਸੀ ਦੋਨੋਂ ਭੈਣ ਭਰਾ ਜੀ, ਗਿੱਦੜਵਾ ਮਲੋਟ ਤੋਂ ਗਿੱਦੜਵਾ ਇੱਕ ਦੀ ਮੌਕੇ ਦੀ ਮੌਤ ਹੋ ਗਈ। ਹਾਂਜੀ, ਮੌਕੇ 'ਤੇ ਮੌਤ ਹੋ ਗਈ ਜੀ, ਲਿਆ ਕੇ ਇਹਨਾਂ ਨੇ ਦਾਖਲ ਕਰਾਤਾ ਅਤੇ ਉਹ ਮਿੱਟੀ ਵਾਲਾ ਕੰਟੇਨਰ ਉਹਨੇ ਭਜਾ ਲਿਆ ਜੀ ਉੱਥੋਂ, ਉਹਦੀ ਭਾਲ ਕਰ ਰਹੇ ਜੀ ਅਸੀਂ। ਅੱਜ ਸਾਡੇ ਵਾਰਡ ਨੰਬਰ 14 ਦੇ ਵਿੱਚ ਗਲੀ ਨੰਬਰ 3 ਬਾਈ ਬਲਵਿੰਦਰ ਸਿੰਘ ਸੀ, ਉਹਨਾਂ ਦੀ ਬੇਟੀ ਅਲੀਸ਼ਾ ਜਿਨ੍ਹਾਂ ਨੇ ਫੋਰਨ ਵੀ ਜਾਣਾ ਸੀ, ਹੁਣ ਕੈਨੇਡਾ ਜਾਣਾ ਸੀ, ਉਹਨਾਂ ਦੀ ਫਾਈਲ ਵਗੈਰਾ ਉਹਨਾਂ ਨੇ ਲਵਾਈ ਸੀ। ਉਹ ਦੋਨੇ ਭੈਣ ਭਰਾ ਮੋਟਰਸਾਈਕਲ 'ਤੇ ਜਾ ਰਹੇ ਸੀ ਜੀ, ਅੱਜ ਇੱਥੇ ਆਪਣੇ ਸ਼ੀ ਸੈਲ ਤੋਂ ਪਹਿਲਾਂ ਪੈਲਸ ਕੋਲ ਇੱਕ ਆਰਜ਼ੀ ਤੌਰ 'ਤੇ ਜਿਹੜਾ ਸਾਈਡ 'ਤੇ ਬਣ ਰਿਹਾ ਰਿੰਗ ਰੋਡ ਬਣ ਰਿਹਾ, ਜਿਹੜਾ ਪੁਲ ਬਣ ਰਿਹਾ, ਉਹਨਾਂ ਨੇ ਬੜੇ ਕਾਨੂੰਨ ਨੂੰ ਧੱਜੀਆਂ ਉਡਾਈਆਂ ਅਤੇ ਉਹਨੂੰ ਬੜੇ ਗਲਤ ਤਰੀਕੇ ਨਾਲ ਡਿਵਾਈਡਰ ਤੋੜ ਕੇ ਉਹਦੇ ਉੱਤੋਂ ਦੀ ਬੜੀ ਲਾਪਰਵਾਹੀ ਨਾਲ ਡਰਾਈਵਰ ਨੇ ਟਪਾ ਕੇ ਉਸ ਬੇਟੀ ਦੀ ਉਸਨੂੰ ਕੁਚਲ ਕੇ ਉਹਦੀ ਹੱਤਿਆ ਹੋ ਗਈ ਹੈ ਜੀ, ਅਤੇ ਬੇਟੇ ਦੇ ਵੀ ਉਹਦੀ ਬਾਂਹ ਦੇ ਵਿੱਚ ਫ੍ਰੈਕਚਰ ਹੈ ਜੀ ਅਤੇ ਉਸ ਵੇਲੇ ਹੋਸਪਿਟਲ ਦੇ ਵਿੱਚ ਦਾਖਲ ਹੈ ਜੀ। ਉਹ ਬਹੁਤ ਅੱਜ ਮੰਦਭਾਗੀ ਹੋਈ ਹੈ ਸ਼ਹਿਰ ਵਿੱਚ, ਸਾਰੇ ਅਸੀਂ ਵਾਰਡ ਵਾਸੀ ਅਤੇ ਸਾਰੇ ਰਿਸ਼ਤੇਦਾਰ ਸੋਗ ਦੇ ਲਹਿਰ ਹੈ ਜੀ ਸਾਡੇ ਵਾਰਡ ਦੇ ਵਿੱਚ। ਹਜੇ ਤਾਈਂ ਵਹੀਕਲ ਦਾ ਕੋਈ ਪਤਾ ਨਹੀਂ ਲੱਗ ਸਕਿਆ ਜੀ, ਵਹੀਕਲ ਬੜਾ ਉਹ ਟਿੱਪਰ ਸੀ, ਅਸੀਂ ਵੀ ਮੌਕਾ ਵੇਖਿਆ, ਪੁਲਿਸ ਮੁਲਾਜ਼ਮ ਲੱਗੇ ਹੋਏ ਆ, ਉਹ ਕਹਿ ਰਹੇ ਆ, ਸਾਨੂੰ ਵਿਸ਼ਵਾਸ ਦਵਾ ਰਹੇ, ਅਸੀਂ ਉੱਥੇ ਜਾ ਕੇ ਉਹਦਾ ਪਤਾ ਕਰ ਰਹੇ ਹਾਂ ਜੀ, ਕੈਮਰੇ ਵਗੈਰਾ ਸਰਚ ਕਰ ਰਹੇ ਆ ਜੀ, ਉੱਥੇ ਮੌਕਾ ਦੇਖ ਕੇ ਆਇਆ ਜੀ, ਸਾਰੇ ਮੁਲਾਜ਼ਮ ਉੱਥੇ ਲੱਗੇ ਹੋਏ ਜੀ। ਸਰ ਮਿੱਟੀ ਸਿੱਟਣ ਵਾਲਾ ਟਿੱਪਰ ਆ ਜੀ ਉਹ ਜਾ ਕੇ ਜੀ। ਹਾਂਜੀ, ਬੱਚੇ ਦੀ ਉਮਰ ਇਹੀ 22 ਸਾਲ ਦੇ ਕਰੀਬ ਗੁੜੀਆ ਦੀ ਉਮਰ ਸੀਗੀ ਜੀ ਅਲੀਸ਼ਾ ਦੀ। ਕੈਨੇਡਾ ਫਾਈਲ ਬਸ ਲੱਗੀ ਸੀ, ਆਜ ਕੀ ਸੈਸ਼ਨ ਚੱਲਣਾ ਸੀਗਾ ਜੀ, ਉਸ ਸੈਸ਼ਨ ਦੇ ਵਿੱਚ ਸ਼ੁਰੂਆਤ ਸੀ ਉਹਦੀ ਜੀ। ਇਹ ਅੱਜ
ਇੱਕ ਅਲੀਸ਼ਾ ਨਾਮ ਦੀ ਲੜਕੀ ਹੈ ਜਿਹੜਾ ਸਾਨੂੰ ਲੁੱਕਾ ਮਸੂਲ ਹੋਇਆ ਵੀ ਉਹਦੀ ਐਕਸੀਡੈਂਟ ਕਰਕੇ ਦਾਖਲ ਲਿਆ ਸਿਵਲ ਹਸਪਤਾਲ ਮਲੋਟ ਹੈ। ਜਦੋਂ ਇੱਥੇ ਮੇਰੇ ਥਾਣੇਦਾਰ ਸਾਹਿਬ ASA ਹਰਵੰਤ ਸਿੰਘ ਉੱਥੇ ਜਾ ਕੇ ਤਾਂ ਪਤਾ ਕੀਤਾ ਲੜਕੀ ਦੀ ਮੌਤ ਹੋ ਚੁੱਕੀ ਹੈ। ਤਾਂ ਜਿਹੜਾ ਮਾਮਲਾ ਸਾਹਮਣੇ ਆਇਆ, ਲੜਕੀ ਜਿਹੜੀ ਆਪਣੇ ਭਰਾ ਹਰਸ਼ਮਿੰਦਰ ਸਿੰਘ ਦੇ ਨਾਲ ਮਲੋਟ ਤੋਂ ਗਿੱਦੜਵਾ ਨੂੰ ਜਾ ਰਹੀ ਸੀਗੀ। ਜਦੋਂ ਤਕਰੀਬਨ ਇੱਥੇ ਬਾਈਪਾਸ ਬਣ ਰਿਹਾ, ਇੱਥੇ ਮਲੋਟ ਤੋਂ ਬਾਹਰ ਨਿਕਲੇ ਤਾਂ 4 ਕਿਲੋਮੀਟਰ, ਉੱਥੇ ਬਾਈਪਾਸ ਦੇ ਨੇੜੇ ਇੱਕ ਜਿਹੜਾ ਨਾਮ ਮਲੂਮ ਜਿਹੜਾ ਹੈਗਾ ਇੱਕ ਟਿੱਪਰ ਆ, ਜਿਹਦਾ ਨੰਬਰ ਤਾਂ ਪਤਾ ਨਹੀਂ ਲੱਗਿਆ, ਪਤਾ ਲੱਗਿਆ ਉਹਦੀ ਫੇਡ ਵੱਜਣ ਕਰਕੇ ਇਹਨਾਂ ਦੇ ਐਕਸੀਡੈਂਟ ਹੋ ਗਿਆ ਅਤੇ ਜਿਹੜੀ ਲੜਕੀ ਦੀ ਮੌਕੇ 'ਤੇ ਮੌਤ ਹੋ ਗਈ ਹੈ। ਅਤੇ ਉਹਦੇ ਭਰਾ ਦੇ ਅਸੀਂ ਸ਼ਮਿੰਦਰ ਸਿੰਘ ਦੇ ਬਿਆਨ 'ਤੇ FIR ਦਰਜ ਕਰਕੇ ਅਤੇ ਜਿਹੜੀ ਪੜਤਾਲ ਕੀਤੀ ਹੈ ਜੀ। ਵਹੀਕਲ ਦੀ ਕੋਈ ਪਛਾਣ ਹੋ ਰਹੀ ਹੈ? ਨਹੀਂ, ਕੈਮਰੇ ਚੈੱਕ ਕੀਤੇ ਜਾ ਰਹੇ ਫਿਲਹਾਲ, ਵਹੀਕਲ ਦੀ ਇੰਨਾ ਹੀ ਪਤਾ ਲੱਗਿਆ ਵੀ ਉਹ ਟਿੱਪਰ ਸੀਗਾ ਜਿਹੜੇ ਮਿੱਟੀ ਵਾਲੇ ਚੱਕਣ ਲੱਗੇ, ਹਾਲੇ ਕਲੀਅਰ ਨਹੀਂ ਹੋਇਆ, ਦੇਖਦੇ ਹਾਂ ਕੈਮਰੇ ਦੇਖਦੇ ਜਲਦੀ ਟਰੇਸ ਕਰ ਲਵਾਂਗੇ।